तरंतो सिग्नल भी इंजियो चंद्रो विदातु एक सिग्नल है जो 10 शुरू होता है एक चंद्रो विदातु क्यों इस कंडीशन विच तरंतो एक शहर है उसका नाम ही ते है बाकी مزید اس دی بیک گراؤنڈ جڑی ہو اسے دیکھ رہے ہیں وائٹ ہے اس گلے چنترا ابھی تک سٹارٹ ہوئے تو اتھے بیک گراؤنڈ کے سگنل دی وائٹ کر دے دے جس میں ختم ہو جائے تو بلو کر دے دے ٹھیک ہے جی اس اندر رکھ تو انڈیکینز چنترا ابھی تک بالکل سٹارٹ ہو گیا تو ہے اچھی رکھا اس اندر رکھ تو ایڈنٹیفائر لوکالٹی راجونتا کی ہے یعنی کہ جس علاقے تسی پہنچ چکے ہو یہ ایڈنٹیفائی کرتا اس علاقے دی بالکل اسی طرح تو اپنے سمے بورڈ لگ گیا طرح تو تسی پہنچ گئے ہو جی ویرو e sandra figurato opposto all'inizio del centro alla località indicata jitne vi strade di jitne vi strade hai sare tutte le strade sare strade di ingresso na jo entry point hai na utthe località ka jo entry point hai utthe lage hunda bilkul vero sare hi jinnu koi laga shida ke da entry point shuru hunda utthe lage hunda sadak te is naal rakho rato se barato da una stresha rossa agar e is te utte maar dita jaye is tarah karke ek red line hai as nikor tu laake as tak ek red line maar di jaye barato da stresha rossa maar dite te ki hoyda una stresha indica la fin del centro abita to dasda ke centro abita to khatam ho gaya bilkul vero ਕਿਉਂਕਿ ਜੂ ਹੀ ਰਿਹਾਸ਼ੀ ਇਲਾਕਾ ਖਤਮ ਹੋਣਾ ਹੈ ਇਹਨਾਂ ਦੇ ਉੱਤੇ ਲੀਕ ਮਾਰ ਦੇਣੀ ਕਿ ਜਿਹੜਾ ਤੁਰੰਤ ਹੀ ਤੁਸੀਂ ਦਾਖਲ ਹੋਏ ਸੋ ਉਹ ਹੁਣ ਤੁਰੰਤ ਇੱਥੇ ਖਤਮ ਹੋ ਗਿਆ ਯਾਨੀ ਕਿ ਖਤਮ ਕਰ ਦੇਣਾ ਉਹ ਲਾਈਨ ਮਾਰ ਕੇ ਰੈਡ ਸੇਲ ਸਿਨਾਰੀਓ ਰੱਖੋ ਗਰਾ ਤੋਂ ਇੰਦੀ ਕਾ ਉਹਨਾਂ ਲੋਕਾਂ ਲਈ ਤਾਂ ਟੂਰਿਸਟਿਕਾ ਇਸ ਨਾਲ ਨੋ ਨੋ ਟੂਰਿਸਟਿਕਾ ਹਮੇਸ਼ਾ ਉਹਦੀ ਬੈਕਗ੍ਰਾਉਂਡ ਮਾਰ ਹੋਣਾ ਵੇ ਜੀ ਕੋਈ ਸ਼ੁਰੂ ਨਹੀਂ ਫਾਲਸ ਹੋ ਇਸ ਨਾਲ ਰੱਖੋ ਗਰਾ ਤੋਂ ਪੋਸਟ ਪਰ ਇੰਦੀਕਾਰ ਲਾ ਫੀਨੇ ਦੀ ਉਹਨਾਂ ਪ੍ਰੋਵਿੰਚਾ ਨੋ ਫਾਲਸ ਹੋ ਜਿੱਥੇ ਫੀਨੇ ਦੀ ਉਹਨਾਂ ਪ੍ਰੋਵਿੰਚਾ ਹੋਵੇ ਦੀ ਨਾ ਫੀਨੇ ਦੀ ਉਹਨਾਂ ਲੋਕਾਲਿਟੀ ਹੋਵੇ ਦੀ ਉਸ ਦੇ ਉੱਤੇ ਉਹਨਾਂ ਲਾਈਨ ਮਾਰੀ ਹੋਵੇ ਦੀ ਰੈਡ ਬਰਾ ਤੋਂ ਉਹਨਾਂ ਸਤਿਖਿਆ ਐਸ ਦਾ ਐਸ ਨੂੰ ਲੈ ਕੇ ਐਸ ਤੱਕ ਠਹਿਰੀ ਹੁੰਦੀ ਕਿ ਨਾ ਹੁੰਦਾ ਕਿ ਰਹੇ ਇਹ ਵੇਖਦੇ ਪਿਆ ਜਿਸ ਤਰ੍ਹਾਂ ਲੱਗੀ ਇਹ ਮਾਰ ਦੇਣ ਦੇ ਯਾਨੀ ਕਿ ਐਸ ਕੰਡੀਸ਼ਨ ਦੇ ਵਿੱਚ ਮੋਂਟੇ ਕੋਮ ਪਾਤਰੀ ਜਿਹੜਾ ਹੈ ਨਾ ਇਹ ਖਤਮ ਹੋ ਗਿਆ ਸ਼ਾਇਦ ਅਗਰ ਇਸ ਦੇ ਉੱਤੇ ਵੀ ਇਸ ਤਰ੍ਹਾਂ ਰੈਡ ਲਾਈਨ ਮਾਰ ਦੇਣ ਤੇ ਖਤਮ ਹੋ ਜਾਂਦਾ ਨਾ ਇੱਥੇ ਸ਼ੁਰੂ ਹੁੰਦਾ ਇਸ ਗੱਲ ਵੀ ਫਾਲਸ ਹੋ ਇਸ ਨਾਲ ਰਫ ਗਿਆ ਤੇ ਇੰਦੀਕਾ ਨਾਲ ਨੋ ਨੋ ਫਿਨੇ ਫਿਨੇ ਓਕੇ ਇੱਥੇ ਸਾਂ ਇਸ ਨਾਲ ਰਫ ਗਿਆ ਤੇ ਇੰਦੀਕਾ ਨਾਲ ਦ੍ਰਿਸ਼ਿਓਂ ਦਾ ਸਿਗਵੀਰ ਪਰ ਰਜੁਨ ਜੇਰੇ ਤਾਰੰਤੋ ਨੋ ਡਾਇਰੈਕਸ਼ਨ ਨਹੀਂ ਹੈ ਕਿ ਦੱਸਦਾ ਇੱਥੇ ਆਂਦਾ ਦ੍ਰਿਸ਼ਿਓਂ ਦਾ ਸਿਗਵੀਰ ਇੱਕ ਨਾਲ ਡਾਇਰੈਕਸ਼ਨ ਜਿਹੜੀ ਤੁਸੀਂ ਉਹਨੂੰ ਫਾਲੋ ਕਰੋ ਨਾ ਸਿਗਵੀਰ ਫਾਲੋ ਕਰਨਾ ਜਾਂ ਉਸ ਨੂੰ ਫਾਲੋ ਕਰਨਾ ਫਿਰ ਰਜੁਨ ਜੇਰੇ ਤਾਰੰਤੋ ਰਜੁਨ ਜੇ ਤਾਰੰਤੋ ਜਾਣ ਵਾਸਤੇ ਨਾ ਫਾਲੋ ਤਾਰੰਤੋ ਅਸੀਂ ਪਹੁੰਚੂ ਜਾਣ ਵਾਸਤੇ ਅਸੀਂ ਇਹ ਡਾਇਰੈਕਸ਼ਨ ਫਾਲੋ ਕਰਨੀ ਇਸ ਨਾਲ ਰਾਫੂ ਗਰਾ ਤੋਂ ਆਈਡੈਂਟੀਫਿਕਾ ਉਨ ਵੀਆ ਦੋ ਤੋਂ ਨੋ ਫਾਲਸ ਵੀਆ ਦੋ ਤੋਂ ਨਹੀਂ ਆਈਡੈਂਟੀਫਾਈ ਕਰਦਾ ਓਕੇ ਜੀ ਅਸਾਂ ਪਿੱਛੇ ਪੜਿਆ ਸੀ ਚੰਤਰੋ ਅਬੀਤਾ ਤੋਂ ਸ਼ੁਰੂ ਹੋ ਗਿਆ ਸੀ ਇੱਥੇ ਇਸ ਨਾਲ ਫੀ ਨੇ ਚੰਤਰੋ ਅਬੀਤਾ ਤੋਂ ਸੇਮ ਟੂ ਸੇਮ ਕੁਇਜ਼ ਨੇ ਜਿਸ ਤਰ੍ਹਾਂ ਉਸ ਨੂੰ ਸਿਰਫ ਮੁਖਾਲਫ ਹੈ ਕਿ ਉੱਥੇ ਸ਼ੁਰੂ ਹੋਇਆ ਸੀ ਇੱਥੇ ਖਤਮ ਹੋ ਗਿਆ ਠੀਕ ਹੈ ਤੇ ਉਤਲੀ ਕੰਡੀਸ਼ਨ ਦੇ ਵਿੱਚ ਜਿਹੜਾ ਥੱਲੇ ਨੇ ਇਹਨਾਂ ਦੀ ਕੰਡੀਸ਼ਨ ਦੇ ਵਿੱਚ ਕੀ ਹੈ ਜੇ ਸਾਰੇ ਜਾਣਾ ਤੇ 7 ਕਿਲੋਮੀਟਰ ਰਹਿ ਗਿਆ ਫੋਰਸੀ ਨੇ ਜਾਣਾ ਤੇ 63 ਕਿਲੋਮੀਟਰ ਰਹਿ ਗਿਆ ਨਾ ਪੂਰੀ ਜਾਣਾ ਤੇ 190 ਕਿਲੋਮੀਟਰ ਰਹਿ ਗਿਆ 190 ਕਿਲੋਮੀਟਰ ਅੱਗੇ ਨਾ ਪੁਲੀਏ 63 ਕਿਲੋਮੀਟਰ ਫੋਰਸੀਨੋ ਨੇ ਤੁਹਾਡੇ ਅੱਗੇ ਵਿੱਚ ਸਿਆਰੀਓ 7 ਕਿਲੋਮੀਟਰ ਤੁਹਾਡੇ ਅੱਗੇ ਵਿੱਚ ਠੀਕ ਹੈ ਮੈਂ ਦੱਸਿਆ ਸੀ ਪਹਿਲੇ ਸ਼ਹਿਰ ਦਾ ਨਾਮ ਲਿਖਿਆ ਉਸ ਦੇ ਅੱਗੇ ਜਿਹੜਾ ਵੀ ਹਿੰਸਾ ਲਿਖਿਆ ਉਹਦਾ ਮਨ ਇਹ ਹੀ ਹੁੰਦਾ ਕਿ ਕਿੰਨੇ ਕਿਲੋਮੀਟਰ ਅੱਗੇ ਰਹਿ ਗਿਆ ਕਿੰਨੇ ਕਿਲੋਮੀਟਰ ਤੇ ਤੁਹਾਨੂੰ ਉਹ ਸ਼ਹਿਰ ਮਿਲੇਗਾ ਅੱਗੇ ਉਹਦਾ ਹਮੇਸ਼ਾ ਇਹਨਾਂ ਨਹੀਂ ਹੁੰਦਾ ਇਸ ਨਾਲ ਰਫਗਰਾ ਤੋਂ ਇੰਦੀ ਕਾ ਲਫੀਨ ਦੇ ਚੰਤਰ ਅਬੀਤਾ ਤੋਂ ਬਿਲਕੁਲ ਵੇਰ ਹੈ ਸਿਗਨਲ ਦੱਸਦਾ ਹੈ ਕਿ ਇੱਕ ਚੰਤਰ ਅਬੀਤਾ ਤੋਂ ਜਿਹੜਾ ਉਹ ਖਤਮ ਹੋ ਗਿਆ ਕਿਉਂ ਖਤਮ ਹੋ ਗਿਆ ਕਿਉਂਕਿ ਇਹ ਮੋਂਟੇ ਕੋਮ ਪਾਤਰੀ ਜਿਹੜਾ ਇਸ ਦੇ ਉੱਤੇ ਮਾਰ ਰੈਡ ਲਾਈਨ ਮਾਰ ਦਿੱਤੀ ਹੈ ਕ੍ਰਾਸ ਮਾਰ ਦਿੱਤਾ ਤਾਂ ਮੈਂ ਇਹ ਵੀ ਇੱਕ ਖਤਮ ਹੋ ਗਈ ਹੈ ਇਸ ਨਾਲ ਅਫਗਰਾ ਤੋਂ ਨਾਲ ਪ੍ਰੀ ਮਾਰ ਹੀ ਗਿਆ ਨਾਲ ਤੋਂ ਦਰ ਪਨੇ ਲੋ ਬਲੂ ਇੰਦੀ ਕਾ ਪ੍ਰੋਸੀਮੋ ਇਨਕਰੋਚੋ ਅਬੀਤਾ ਤੋਂ ਪ੍ਰੋਸੀਮੋ ਚੰਤਰ ਅਬੀਤਾ ਤੋਂ ਬਿਲਕੁਲ ਵੇਰੋ ਪ੍ਰੀਮਾ ਰੀਗਾ ਲਾਲ ਤੋਂ ਜਿਹੜਾ ਮੈਂ ਨਾ ਪਨੇ ਲੋ ਇੰਦੀ ਕਾ ਬਲੂ ਜਿਹੜਾ ਇੰਦੀ ਕਾ ਪ੍ਰੋਸੀਮੋ ਚੰਤਰ ਅਬੀਤਾ ਤੋਂ ਬਿਲਕੁਲ ਜਿਹੜਾ ਬਲੂ ਦੇ ਵਿੱਚ ਨਾ ਪ੍ਰੀਮਾ ਰੀਗਾ ਜਿਹੜਾ ਉੱਤੇ ਪ੍ਰੀਮਾ ਆਇਆ ਬੰਦਾ ਇਸ ਕੰਡੀਸ਼ਨ 'ਚ ਇਹ ਹੈਗਾ ਪ੍ਰੋਸੀਮੋ ਚੰਤਰ ਜਿਹੜਾ ਨਾ ਤੁਹਾਨੂੰ ਮਿਲੇਗਾ ਇਸ ਨਾਲ ਰਫਗਰਾ ਤੋਂ ਇੰਦੀ ਕਾ ਲਫੀਨ ਦਾ ਚੰਤਰ ਅਬੀਤਾ ਤੋਂ ਇਹਨਾਂ ਲੋਕਾਂ ਦੀ ਸੁਚੇ ਸੀਵਾ ਬਿਲਕੁਲ ਚੰਤਰ ਅਬੀਤਾ ਤੋਂ ਲੋਕਾਂ ਦੀ ਸੁਚੇ ਸੀਵਾ ਇਹ ਜਿਹੜਾ ਸਿਗਨਲ ਹੈ ਸਾਨੂੰ ਬੁਲਾਉਂਦਾ ਹੈ ਫੀਨ ਹੁਣ ਚੰਤਰੀ ਅਬੀਤਾ ਤੋਂ ਤੈਨੂੰ ਦੱਸਦਾ ਹੈ ਕਿਉਂਕਿ ਚੰਤਰੀ ਅਬੀਤਾ ਤੋਂ ਖਤਮ ਹੋ ਗਈ ਹੈ ਔਰ ਇਹ ਲੋਕਾਂ ਦੀ ਤਾਂ ਸੁਚੇ ਸੀ ਹੋ ਯਾਨੀ ਕਿ ਜਾਂ ਅਗਲੇ ਰਾਸਤੇ ਵੀ ਤਾਂ ਜਿਹੜੇ ਅਗਲੀਆਂ ਜਗ੍ਹਾ ਨੇ ਉਹਨਾਂ ਦਾ ਵੀ ਦੱਸਣਾ ਕਿਉਂਕਿ ਅਗਲੀਆਂ ਆਇਆ ਨੇ ਇਹ ਵੀ ਦੱਸਣੀਆਂ ਨੇ ਇਸ ਗੱਲ ਦੇ ਰੋ ਇਸ ਨਾਲ ਰਫਗਰਾ ਤੋਂ ਨਾਲ ਪਨੇਲੋ ਬਲੂ ਇੰਡੀਕਾ ਜਿਹੜੀ ਪਨੇਲੋ ਬਲੂ ਹੈ ਜਿਹੜੀ ਬਲੂ ਹੈ ਇਹ ਕੀ ਦੱਸਦੀ ਹੈ ਇੰਡੀਕਾ ਕੀ ਦੱਸਦੀ ਹੈ ਜੀ ਪਰ ਉਹ ਨਹੀਂ ਲੋਕਾਂ ਲਈ ਤਾਂ ਹਰ ਇੱਕ ਇਲਾਕੇ ਵਾਸਤੇ ਲਾ ਰਿਸਪੈਕਟਿਵ ਡਿਸਟੈਂਸ ਕਿਲੋਮੀਟਰ ਦਾ
ਯਾਨੀ ਕਿ ਜਿੰਨਾ ਵੀ ਉੱਥੇ ਜਾਣ ਤੱਕ ਦਾ ਡਿਸਟੈਂਸ ਹੈ ਨਾ ਕਿਲੋਮੀਟਰਾਂ ਵਿੱਚ, ਉਹ ਵੀ ਦੱਸਦੀ ਹੈ ਬਿਲਕੁਲ। ਐਵੇਂ 190-170 ਕਿਲੋਮੀਟਰ ਲਿਖੀ ਤੇ ਨੇ ਇਸ ਨਾਲ ਰਾਫੀ ਗਿਆ ਤੋਂ ਤੁਰਕੀ ਨਾਪੋਲੀ ਮਾਂਕਾ ਨੂੰ 190 ਕਿਲੋਮੀਟਰ, ਉਹਨਾਂ ਵਾਸਤੇ 190 ਕਿਲੋਮੀਟਰ ਰਹਿ ਗਿਆ, ਚਾਹੇ ਸਾਰੀਆਂ ਮਾਂਕਾ ਨੂੰ 70 ਕਿਲੋਮੀਟਰ, ਬਿਲਕੁਲ ਫਿਰ ਉਹ 7 ਕਿਲੋਮੀਟਰ ਰਹਿ ਗਿਆ ਚਾਹੇ ਸਾਰੀ ਜਾਣ ਵਾਸਤੇ, ਜਿਸ ਤਰ੍ਹਾਂ ਸਾਨੂੰ ਦੱਸਿਆ। ਉਹ ਕਦੀ ਅਸੀਂ ਹੁਣ ਇਸਦੇ ਜਿਹੜੇ ਨਾ 3 ਕੁਇਜ਼ ਫਾਲਸ ਨੂੰ ਚੱਲੇ ਕਰ ਲੈਂਦੇ ਹਾਂ। ਇਸ ਨਾਲ ਰਾਫੂ ਗਰਾਤ ਤੋਂ ਹਿੰਦੀ ਦਾ ਇੰਜੇ ਦੀ ਉਂਤਰਾਤੋ ਦੀ ਸਰਾਦਾ ਇਨ ਸਲੀਤਾ ਪਰ ਰਾਜੁੰਜੇ ਰੇ ਮੋਂਟੇ ਕੋ ਪਾਤਰੀ ਨੋ ਫਾਲਸੋ ਮੋਂਟੇ ਕਾ ਪਾਤਰੀ ਤੇ ਛਾਂ ਖਤਮ ਹੋ ਰਿਹਾ ਨਾ, ਨਾ ਕਿ ਉੱਥੇ ਤੁਸੀਂ ਜਾ ਸਕਦੇ ਹੋ। ਇਸ ਨਾਲ ਰਾਫੂ ਗਰਾਤ ਤੋਂ ਹਿੰਦੀ ਕਾ ਕਿ ਨੋਨੇ ਪੋਸੀਬਲ ਰਾਜੁੰਜੇ ਰੇ ਮੋਨੋ ਮੋਂਟੇ ਕੋ ਪਾਤਰੀ ਨੋ ਫਾਲਸੋ, ਜਾ ਸਕਦੇ ਤੁਸੀਂ ਮੋਂਟੇ ਕੋ ਪਾਤਰੀ, ਕੋ ਨਵੇਂ ਡਾਇਰੈਕਸ਼ਨ ਨਿਕਲੇ ਸੀ, ਲੇਕਿਨ ਸਿਰਫ ਇਹਦਾ ਮਨ ਇਹ ਕਿ ਇੱਥੇ ਤੱਕ ਮੋਂਟੇ ਕੋਪਾਤਰੀ ਦੀ ਹਦੂਦ ਸੀ। ਇਸ ਨਾਲ ਰਾਫੂ ਗਰਾਤ ਤੋਂ ਹਿੰਦੀ ਕਾ ਕਿ ਫਿਰ ਰਾਜਿੰਦਰ ਨਾਪੋਲੀ ਦੁਨੀਆ ਫਿਰ ਕੋਰੇ ਲਸਤਰਾਦਾ ਸਤਾਲੇ ਨੂਮਰੋ 190 ਨੋ ਫਾਲਸੋ, ਸਤਰਾਦਾ ਸਤਾਲੇ 190 ਨਹੀਂ ਹੈ, ਨਾਪੋਲੀ 190 ਕਿਲੋਮੀਟਰ ਤੇ ਵੇ ਹੈਗੇ। ਫਰੈਂਜ਼ ਬਲੋਨੀਆ ਮਿਲਾਨੋ ਤਰਾ ਸ਼ਹਿਰ ਨੇ, 180 ਕਿਲੋਮੀਟਰ ਤੇ ਫਰੈਂਜ਼ ਹੈ ਤੁਹਾਡੇ ਸਾਹਮਣੇ, ਅੱਗੇ 285 ਕਿਲੋਮੀਟਰ ਤੇ ਬਲੋਨੀਆ ਹੈ, ਮਿਲਾਨੋ 472 ਕਿਲੋਮੀਟਰ ਤੇ ਅੱਗੇ ਗਏ। ਕਿੱਥੇ ਲੱਗੀ ਹੈ? ਵਧੀਆ ਆਟੋਸਟਰਾਦੇ ਤੇ, ਕਿਉਂਕਿ ਇਸਦੀ ਬੈਕਗ੍ਰਾਉਂਡ ਸਬਜ਼ ਹੈ, ਕੰਫਰਮਾ ਆਟੋਸਟਰਾਦਾ ਲੈ ਸਿਗਨਲ ਦਾ ਨਾਮ ਹੈ। ਇਸ ਨਾਲ ਰਾਫੂ ਗਰਾਤ ਤੋਂ ਰਿਪੋਰਟ ਦੇ ਲੋਕਾਂ ਲਈ ਤਾਂ ਕੋਨ ਰਿਲੇਟਿਵ ਡਿਸਟੈਂਸ ਮੀਟ੍ਰਿਕਾ ਬਿਲਕੁਲ ਲਿਖੀ ਤੇ ਨੇ, ਉੱਤੇ ਰਿਲੇਟਿਵ ਇਨਸਾਨ ਰਿਲੇਟਿਵ ਡਿਸਟੈਂਸ ਜਿਹੜਾ ਨਾ ਕਿਲੋਮੀਟਰਾਂ ਵਿੱਚ ਉਹ ਲਿਖੀ ਤੇ ਬਿਲਕੁਲ ਡਿਸਟੈਂਸ ਲਿਖੀ ਤੇ ਆ ਵੇਰੋ। ਇਸ ਨਾਲ ਰਾਫੂ ਗਰਾਤ ਤੋਂ ਸੇ ਦੀ ਕਲਰ ਹੈ ਬਲੂ, ਅਗਰ ਇਸਦੀ ਕਲਰ ਬਲੂ ਹੋਵੇ ਤੇ ਫਿਰ ਕੀ ਹੋਵੇਗਾ? ਫਿਰ ਇਸ ਤਰ੍ਹਾਂ ਦੀ ਐਕਸਟਰਾ ਉਰਬਾਨੇ ਤੇ ਲੱਗਿਆ ਸੀ, ਤਰੋਵਾ ਉਸ ਤਰ੍ਹਾਂ ਦਾ ਐਕਸਟਰਾ ਉਰਬਾਨੇ ਬਿਲਕੁਲ ਵੇਰੋ, ਫਿਰ ਤੁਹਾਨੂੰ ਐਕਸਟਰਾ ਉਰਬਾਨੇ ਤੇ ਮਿਲੇਗਾ। ਇਨਸਾਨ ਰਾਫੂ ਗਰਾਤ ਤੋਂ ਪੋਸਟ ਆਟੋ ਸਟਰਾਦੇ, ਇਹ ਜਿਹਾ ਸਿਗਨਲ ਲੱਗਿਆ ਹੋਵੇਗਾ ਆਟੋ ਸਟਰਾਦੇ ਤੇ ਬਿਲਕੁਲ ਵੇਰੋ, ਕਿਉਂ ਲੱਗਿਆ ਹੋਵੇਗਾ? ਇਸਦੀ ਸਬਜ਼ ਦੇ ਬੈਕਗ੍ਰਾਉਂਡ ਇਸ ਕਰਕੇ ਉੱਥੇ ਲੱਗਿਆ ਹੋਵੇਗਾ। ਅਗਰ ਇਸੇ ਨੂੰ ਬੈਕਗ੍ਰਾਉਂਡ ਅਸੀਂ ਕਰਦੇ ਨੀਲੀ ਤੇ ਸਾਨੂੰ ਕਿੱਥੇ ਲੱਗੇਗਾ? ਸੀ ਪ੍ਰੋਵਾਸ ਉਸ ਤਰ੍ਹਾਂ ਦੇ ਐਕਸਟਰਾ, ਕਿਉਂਕਿ ਸੇਮ ਟੂ ਸੇਮ ਹੁੰਦੇ ਨਾ, ਸਿਰਫ ਕਲਰ ਚੇਂਜ ਕਰ ਦਿੰਦੇ, ਨਾ ਤਾਂ ਸੇਮ ਟੂ ਸੇਮ ਰਹਿਣੇ ਨਾ। ਇਸ ਨਾਲ ਮੇਰਾ ਫੋਟੋ ਆਪ ਹਿੰਦੀ ਕਰਕੇ ਮਾਨਕਾ ਮੇਂ 180 ਕਿਲੋਮੀਟਰ ਪਰ ਫ੍ਰੇਂਜ਼ ਹੈ, 180 ਕਿਲੋਮੀਟਰੀ ਪਰ ਫ੍ਰੇਂਜ਼ ਹੈ। ਫ੍ਰੇਂਜ਼ ਹੈ ਕਿੱਥੇ ਵਜਿਆ ਉਤਲਾ ਪਹਿਲਾ ਜਿਹੜਾ ਵੇ ਫ੍ਰੇਂਜ਼ ਹੈ, ਕਿੰਨਾ ਵੇ 180 ਕਿਲੋਮੀਟਰ ਹੈ ਕਿ ਇਹ ਮਾਨਕਾ ਨੂੰ ਰਹਿ ਕੇ 180 ਕਿਲੋਮੀਟਰ, ਯਾਨੀ ਕਿ ਤੁਹਾਡੇ ਅੱਗੇ ਵੇ 180 ਕਿਲੋਮੀਟਰ, ਯਾਨੀ ਕਿ ਤੁਸੀਂ 180 ਕਿਲੋਮੀਟਰ ਫਾਸਲਾ ਕਰੋ ਤੁਹਾਨੂੰ ਫ੍ਰੇਂਜ਼ ਹੈ, ਤੁਸੀਂ ਆਪਣ ਜਾਵੇ ਮਾਨਕਾ ਨੂੰ ਰਹਿ ਕੇ 180 ਕਿਲੋਮੀਟਰ ਫ੍ਰੇਂਜ਼ ਦੇ ਪਹੁੰਚਣੇ ਤੱਕ ਬਿਲਕੁਲ ਵੇਰੋ। ਇਸ ਨਾਲ ਮੇਰਾ ਫੋਟੋ ਆਪ ਹਿੰਦੀ ਕਰਕੇ ਡਿਸਟੈਂਸ ਇਨ ਆਟੋਸਟਰਾਦਾ ਲਾ ਡਿਸਟੈਂਸ ਦੇ ਲੋਕਾਂ ਦੀ ਤਰ੍ਹਾਂ ਜਿੰਜੇ ਵੀ ਨਹੀਂ, ਯਾਨੀ ਕਿ ਦੱਸਿਆ ਗਿਆ ਵੇ ਤੁਹਾਨੂੰ ਡਿਸਟੈਂਸ ਲੋਕਾਂ ਦੀ ਤਰ੍ਹਾਂ, ਯਾਨੀ ਕਿ ਇਲਾਕਿਆਂ ਦਾ ਡਿਸਟੈਂਸ ਤੁਹਾਨੂੰ ਦੱਸਿਆ ਗਿਆ ਵੇ ਜਿਹੜਾ ਉੱਥੇ ਪਹੁੰਚਣ ਵਾਸਤੇ। ਓਕੇ ਜੀ, ਇਨਸ਼ਾ ਅੱਲਾਹ ਤਾਲਾ ਅਸੀਂ ਕਿਤਨੇ ਰਹਿ ਗਏ ਨੇ, 1, 2, 3, 4, 5 ਇਹਨਾਂ 'ਚ ਕਿਹੜਾ ਮੁਸ਼ਕਿਲ ਹੈ? ਸਰਾਦੇ ਸਰਾਬ ਨੂੰ ਪੋਸਟ ਸਰਾਦੇ ਕਿਲੋਮੀਟਰ ਜਾਂ ਫਾਸਟ। ਓਕੇ, ਇਸ ਨਾਲ ਰਾਫੂ ਗਰਾਤ ਹਿੰਦੀ ਕਾ ਕਿ ਫਿਰ ਰਾਜਿੰਦਰ ਮਿਲਾਂ ਦੇ ਬਜ਼ੁਰਗੀਆਂ ਫਿਰ ਕੋਰੇ ਦੇ ਆਟੋ ਸਰਾਦਾ ਨੂਮਰੋ, ਠੀਕ ਹੈ ਜੀ, ਇਹ ਕਿ ਨੰਬਰ ਦਾ ਦੱਸਿਆ ਨਾ, ਡਿਸਟੈਂਸ 472 ਕਿਲੋਮੀਟਰ ਅੱਗੇ ਰਹਿ ਗਏ ਨਾ, ਕਿ ਆਟੋ ਸਰਾਦਾ ਨੰਬਰ 472 ਜਾਣਾ ਤੁਸੀਂ, ਠੀਕ ਹੈ ਜੀ। ਅਗਰ 2-4 ਐਨੇ ਕਰ ਲਓ, ਬਹੁਤ ਹੀ ਆਸਾਨ ਤੇ ਬਹੁਤ ਹੀ ਸਿੰਪਲ, ਇਹਨਾਂ ਦੇ ਕੁਇਜ਼ ਕੋਈ ਡਿਫਰੈਂਸ ਨਹੀਂ। ਅਗਰ ਕੋਈ ਮੁਸ਼ਕਿਲ ਹੁੰਦਾ ਤੁਹਾਨੂੰ ਮੈਂ ਲਾਜ਼ਮੀ ਸਮਝਾਉਣਾ ਸਾਨੂੰ, ਲਾਜ਼ਮੀ ਰਿਪੀਟ ਕਰਨੇ ਸਨ, ਤੇ ਨੀਂਦ ਤੁਸੀਂ ਜਾਂਦੀ ਤੁਹਾਨੂੰ ਆਸਾਨ ਜਿਹੜੇ ਆਸਾਨ ਲੈਸਨ ਪੜੇ ਸਨ, 7-11 ਤੱਕ ਉਹਨਾਂ ਦੇ ਕੁਇਜ਼ ਸਾਰੇ ਮੈਂ ਕਵਰ ਕਰ ਦਿੱਤੇ ਨੇ। ਅਗਰ ਕੋਈ ਡਿਫੀਕਲਟ ਰਹਿ ਗਿਆ ਤੇ ਮਦਰ ਚਾਹਨਾ ਨਹੀਂ ਸਮਝ ਆਏ ਤੇ ਮੈਨੂੰ ਤੁਸੀਂ ਦੁਬਾਰਾ ਪੁੱਛ ਸਕਦੇ ਹੋ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤੇ ਦੋਸਤਾਂ ਤਮਾਮ ਦੇ ਨਾਲ ਲਾਜ਼ਮੀ ਸ਼ੇਅਰ ਕਰੋ, ਤੇ ਮੇਰੇ ਚੈਨਲ ਨੂੰ ਵੀ ਲਾਜ਼ਮੀ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਅਗਰ ਹੋ ਸਕੇ, ਤੇ ਲਾਜ਼ਮੀ ਇੱਕ ਪਿਆਰਾ ਜਿਹਾ ਬੈਲ ਆਈਕੋਨ ਵੀ ਮੈਨੂੰ ਦਿਆ ਕਰਿਆ ਕਰੋ ਤਾਂ ਕਿ ਮੇਰੇ ਵੀ ਹੌਸਲਾ ਅਫਜ਼ਾਈ ਹੋ ਸਕੇ, ਤੇ ਇਨਸ਼ਾਅੱਲਾ ਤਾਲਾ ਅਗਲੇ ਲੈਸਨ ਜਿਹੜੇ ਮੈਂ ਸੀ ਉਹਨਾਂ ਦੇ ਵਿੱਚ ਮਿਲਦੇ ਹਾਂ, ਉਹਨਾਂ ਦੀ ਟ੍ਰਾਂਸਲੇਸ਼ਨ ਕਰਕੇ ਉਹਨਾਂ ਦੀ ਥਿਊਰੀ ਜਿਹੜੀ ਉਹ ਚੈੱਕ ਕਰਦੇ ਹਾਂ ਕਿ ਕੀ ਆਖਦੇ ਨੇ, ਤੇ ਬਸ ਥੋੜ੍ਹੀ ਮੈਂ ਲੈਸਨ ਜਿਹੜਾ ਮੈਂ ਯਾਨੀ ਕਿ ਥੋੜਾ ਲੰਬਾ ਹੋ ਰਿਹਾ, ਸਿਰਫ ਇਸ ਵਜ੍ਹਾ ਕੋਈ ਕਰਤੇ ਲੀਆਂ ਬਹੁਤ ਜ਼ਿਆਦਾ ਨੇ, ਇੰਡੀਕੇਟ ਕਰਨ ਵਾਲੇ ਜਿਹੜੇ ਨੇ ਨਾ ਸਿਗਨਲ ਉਹ ਬਹੁਤ ਜ਼ਿਆਦਾ ਨੇ, ਆਸਾਨ ਹੈ ਨਾ, ਲੇਕਿਨ ਪੜ੍ਹਾਈਆਂ ਤੇ ਆਏ ਨੇ। ਅਗਰ ਉਹਨਾਂ ਨੂੰ ਮੈਂ ਦੁਹਰਾਉਣਾ ਨਾ ਤੇ ਤੁਹਾਨੂੰ ਇੱਕ ਨਵੀਂ ਚੀਜ਼ ਲੱਗੇ, ਜੇ ਨਵੀਂ ਚੀਜ਼ ਜਿਵੇਂ ਨਵੀਂ ਲੱਗਦੀ ਹੈ ਤੇ ਸਟੂਡੈਂਟ ਜਿਹੜਾ ਹੁੰਦਾ ਉਸ ਨਾਲ ਵੀ ਉਹਨੂੰ ਪਤਾ ਨਹੀਂ ਯਾਰਾ, ਪਤਾ ਨਹੀਂ ਕਿਉਂ ਮੁਸ਼ਕਿਲ ਹੈ, ਕੀ ਕੋਈ ਪੜ੍ਹਾਈ ਨਹੀਂ ਹੈ ਸਰ ਉਹਨਾਂ ਦੇ, ਕਿਸ ਵਜ੍ਹਾ ਵੀ ਇਸ ਤਰ੍ਹਾਂ ਹੋ ਗਈ, ਇਸ ਕਰਕੇ ਮੈਂ ਰਿਪੀਟ ਕਰਾ ਰਿਹਾ, ਲੇਕਿਨ ਆਹ ਬਹੁਤ ਆਸਾਨ ਨੇ। ਓਕੇ, ਮਿਲਦੇ ਇਨਸ਼ਾਅੱਲਾ ਨੈਕਸਟ ਕਲਾਸ ਵਿੱਚ, ਤੇ ਅੱਲਾ ਹਾਫਿਜ਼। ਓਕੇ, ਬਾਏ।